ਸਾਰੀ ਦੁਪਹਿਰ ਕੱਪੜੇ ਸੜਦੇ ਰਹੇ ਤੇ ਵੇਲਾ ਹੁਣ ਲਾਏ ਨੀ ਵੀ ਅਸੀਂ ਲਾ ਹੀ ਲਈਏ। ਸਿੰਮੀ ਬਸ ਲੰਗਰ ਪਾਣ ਜੋਗੀ ਜਾਂ ਫੋਨ ਚਲਾਉਣ ਜੋਗੀ ਹੈ, ਹੋਰ ਇਹਨੇ ਕੀ ਕਰਨਾ ਕਰਨਾ ਨੀ ਹੁੰਦਾ, ਸਾਰਾ ਕੰਮ ਤੁਸੀਂ ਮੇਰੇ ਸਿਰ ਤੇ ਸੁੱਟਿਆ ਦਾ, ਬਸ ਤੁਸੀਂ ਨਾ ਰੋਲੇ ਪਾਉਣ ਜੋਗੇ ਹੋ, ਹੱਥੀ ਤੇ ਤੁਸੀਂ ਕੁਛ ਕਰ ਨੀ ਸਕਦੇ। ਬੋਲਿਆ ਨਾ ਕਰ, ਠੀਕ ਹੈ ਨਾ, ਬਹੁਤੀ ਜ਼ਬਾਨ ਨਾ ਲੜਾਇਆ ਕਰ, ਤੂੰ ਜ਼ਬਾਨ ਬੜੀ ਲੜਾਉਂਦੀ ਆ। ਚਾਚੀ ਨੇ ਰੌਲਾ ਪਾਇਆ, ਵਹਿਨੀ ਆ ਭਲਾ, ਥੱਲਿਓਂ ਦੀ ਜਾਂਦੀ ਆ। ਬੋਲਣ ਦੀ ਨੀ ਲੋੜ ਬਹੁਤਾ। ਚਾਚੀ ਕੀ ਗੱਲ ਹੋਈ ਆ, ਤੇਰੀ ਘੱਟ ਰਹਿ ਗਈ ਆਉਣ ਦੀ, ਤੂੰ ਹੀ ਆ ਗਈ ਆ। ਮੈਂ ਤੇ ਤੁਹਾਡਾ ਰੌਲਾ ਸੁਣ ਕੇ ਆਈ ਆ। ਤੁਹਾਡੇ ਘਰ ਨੀ ਪੈਂਦਾ ਰੌਲਾ, ਤੇਰੇ ਕਾਰਨ ਸਾਡੇ ਘਰ ਵਾਲੀ ਹੁੰਦੇ ਆ। ਮੈਂ ਤੇ ਤੁਹਾਡੀ ਆਵਾਜ਼ ਸੁਣ ਕੇ ਆਈ ਹਾਂ। ਅੱਛਾ, ਆਵਾਜ਼ ਸੁਣ ਕੇ ਆਈ ਸੀ। ਮੈਂ ਤੁਹਾਨੂੰ ਕੀ ਕਹਿਤਾ, ਮੈਂ ਤੇ ਤੁਸੀਂ ਤੇ ਮੇਰੇ ਗਾਲ ਹੀ ਪੈ ਗਏ ਅੱਗੋਂ। ਗੱਲ ਪੈਣਾ ਨਹੀਂ, ਤੂੰ ਲੜਾਈ ਸੁਣ ਕੇ ਤਾਂ ਸਾਡੇ ਘਰ ਭੱਜੀ ਆਈ, ਜਾ ਆਪਣੇ ਘਰ ਜਾ, ਇੱਥੇ ਕੀ ਕਰਦੀ ਆ, ਜਾ ਹੁਣ ਲੀੜੇ ਲਾ ਲਾ ਕੇ, ਸ਼ਾਮਾਂ ਪੈ ਗਈਆਂ ਆ। ਆ ਮੇਰੀ ਸੱਸ ਨੂੰ ਨਾ ਕੋਈ ਕੰਮ ਹੀ ਨਹੀਂ ਹੈਗਾ, ਇਹਨੇ ਮੇਰੇ ਨਾਲ ਤੇ ਅੱਡੇ ਲੈਣੇ ਹੀ ਹੁੰਦੇ ਆ, ਕਿਤੇ ਆਂਢ ਗੁਆਂਢ ਨਾਲ ਵੀ ਨਹੀਂ ਬਣਾ ਕੇ ਰੱਖਦੀ। ਦੱਸ ਜੇ ਉਹ ਵਿਚਾਰੀ ਆ ਹੀ ਗਈ ਹੈ, ਕਿੱਦਾਂ ਉਹਨੂੰ ਉੱਡ ਕੇ ਪਈ ਹੈ, ਹੈ ਨਹੀਂ ਇਹਨੂੰ ਕਿਤੇ ਮਾਸਾ ਬੋਲਣ ਬੋਲਣ ਦਾ ਪਤਾ। ਹਾਂ ਰੋਟੀ ਲਾ ਲਈ ਆ ਕੇ ਨਹੀਂ, ਜੇ ਲਾ ਲਈ ਆ ਕੇ ਮੈਨੂੰ ਦੇ ਦੇ ਪਾ ਕੇ। ਮੰਮੀ ਮੈਂ ਸਬਜ਼ੀ ਧਰੀ ਹੈ। ਸਬਜ਼ੀ ਧਰੀ ਤੇ ਮਾਂ ਧਰੇ ਆ, ਜਿਹੜੀ ਹਾਲੇ ਤਾਈਂ ਬਣੀ ਨਹੀਂ ਆ। ਪਤਾ ਨਹੀਂ ਕਿੰਨੇ ਘੰਟੇ ਤੂੰ ਰੋਟੀ ਨੂੰ ਲਾਉਣੇ ਆ। ਦੀਦੀ ਆਜੋ ਆਜੋ, ਲੰਘਾ ਘਰ ਹੀ ਆ, ਆਜੋ। ਸਿੰਮੀ ਅੱਜ ਤੇ ਤੇਰੀ ਸੱਸ ਨੇ ਬੜੀ ਮਾੜੀ ਕੀਤੀ ਮੈਨੂੰ। ਚਾਚੀ ਦੀਦੀ ਉਧਰ ਲੰਮੇ ਪਏ ਆ। ਮੈਂ ਤੇ ਨਾ ਤੁਹਾਡੀ ਆਵਾਜ਼ ਸੁਣ ਕੇ ਅੱਗੇ ਆਈ ਹਾਂ, ਉਹ ਤੇ ਬਹੁਤ ਨਾ ਤੇਰੇ ਨਾਲ ਲੜਦੇ ਆ। ਤੈਨੂੰ ਮੈਂ ਕੀ ਦੱਸਾਂ, ਮੈਂ ਕਿੱਦਾਂ ਦੇਣ ਕੱਢਣ ਡਈ ਆ, ਇਹ ਤੇ ਨਿੱਕੀ ਨਿੱਕੀ ਗੱਲ ਤੇ ਨਾ ਕਿਤੇ ਇੰਨੀ ਨੋਕਾ ਟੋਕੀ ਕਰਦੀ ਆ ਨਾ, ਬੜਾ ਹੀ ਇਹਨੇ ਦੁਖੀ ਕੀਤਾ ਈ ਓ। ਮੈਂ ਸਗੋਂ ਆਵਾਜ਼ ਸੁਣ ਕੇ ਆਈ ਤੇ ਮੈਂ ਪੁੱਛਿਆ ਵੀ ਚਾਚੀ ਜੀ ਕੀ ਹੋਇਆ ਵਾ, ਤੇ ਮੈਨੂੰ ਤਾਂ ਸਗੋਂ ਆਪ ਅੱਗੋ ਪੈ ਗਏ ਲੜਨ। ਆਹੋ, ਇਹ ਜਿਹੜਾ ਕੋਈ ਆਵੇ ਨਾ ਉਹਦੇ ਗਾਲ ਹੀ ਪੈ ਜਾਂਦੀ ਆ, ਜੇ ਇਹਨੇ ਘਰ ਨਹੀਂ ਨਾ ਬਣਾਉਣੀ, ਇਹਨੇ ਕਿਤੇ ਵੀ ਨਹੀਂ ਬਣਾ ਕੇ ਰੱਖਣੀ। ਨਾ ਦੋ ਕੁ ਪਿਆਜ਼ ਲਿਆ ਦੋ। ਅੱਛਾ ਅੱਛਾ, ਕੋਈ ਨਹੀਂ, ਮੈਂ ਤੁਹਾਨੂੰ ਮੰਮੀ ਕੋਲ ਪੁੱਛ ਕੇ ਲਿਆ ਦਿੰਦੀ। ਇੱਕ ਮਿੰਟ ਦੀਦੀ ਰੁਕੋ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ। ਤੁਸੀਂ ਨਾ ਵੇਖੋ ਚਾਚੀ ਜੀ ਕਿੰਨਾ ਤੁਹਾਨੂੰ ਬੋਲਦੇ ਆ, ਕਿੰਨਾ ਤੁਹਾਡੇ ਤੇ ਜ਼ੁਲਮ ਕਰਦੇ ਆ, ਮਿਹਨਤ ਮਾਰਦੇ, ਕਈ ਕੁਛ ਕਰਦੇ ਆ, ਉਹ ਨੀ ਕੀਤਾ, ਜੇ ਨੀ ਕੀਤਾ, ਰੋਜ਼ ਦਿਹਾੜੀ ਰੋਜ਼ ਦੋਰੀ ਨੋਕਾ ਟੋਕੀ ਕਰਦੇ ਰਹਿੰਦੇ ਤੁਹਾਨੂੰ। ਤੁਸੀਂ ਕਿਉਂ ਨੀ ਆਪਣੇ ਪੇਕੇ ਦੱਸਦੇ ਜਾਂ ਉਹਨਾਂ ਨੂੰ ਕਿਉਂ ਨੀ ਫੋਨ ਕਰਕੇ ਬੁਲਾਉਂਦੇ, ਤੁਸੀਂ ਦੱਸੋ ਮੈਨੂੰ, ਤੁਸੀਂ ਕਿਉਂ ਇੰਨਾ ਜ਼ੁਲਮ ਸਹਿੰਦੇ ਹੋ? ਤੁਸੀਂ ਆਪਣੇ ਪੇਕੇ ਜਾਓਗੇ ਨਾ ਤੇ ਜਾਂ ਉਹਨਾਂ ਨੂੰ ਦੱਸੋਗੇ ਤੇ ਉਹ ਤੁਹਾਨੂੰ ਲੈ ਜਾਣਗੇ, ਫਿਰ ਵੇਖਾਂਗੇ ਭਲਾ ਕਿੱਦਾਂ ਰੋਟੀ ਪਾਣੀ ਵੇ ਬਣਾਉਂਦੇ ਆ ਚਾਚੀ, ਫਿਰ ਇਹਨਾਂ ਨੂੰ ਪਤਾ ਲੱਗੇਗਾ ਨਾ ਤੁਸੀਂ ਕਿਉਂ ਇੰਨਾ ਜ਼ੁਲਮ ਸਹਿੰਦੇ ਹੋ ਇਹਨਾਂ ਦਾ, ਫਿਰ ਇਹਨਾਂ ਨੂੰ ਪਤਾ ਲੱਗੇਗਾ। ਦੀਦੀ ਮੈਂ ਆਪਣੇ ਪੇਕੇ ਕਿੱਦਾਂ ਦੱਸਾਂ, ਮੇਰੇ ਤੇ ਪੇਕੇ ਪਹਿਲਾਂ ਹੀ ਇੰਨੇ ਗਰੀਬ ਆ, ਤੇ ਜੇ ਮੈਂ ਵੀ ਉੱਥੇ ਜਾ ਕੇ ਬਹਿ ਗਈ ਤੇ ਉਹਨਾਂ ਦਾ ਪਤਾ ਕਿੰਨਾ ਮਨ ਦੁਖੀ ਹੋਣਾ ਹੈ। ਮੰਮੀ। ਹਾਂ ਦੱਸ। ਗੀਤਾ ਦੀਦੀ ਆਏ ਨੀ ਤੇ ਉਹ ਕਹਿੰਦੇ ਦੋ ਕੁ ਪਿਆਜ਼ ਦੇ ਦਿਓ। ਹਾਂ। ਅੱਛਾ, ਅਸੀਂ ਪਿਆਜ਼ ਬੀਜੇ ਆ, ਅਸੀਂ ਪਿਆਜ਼ ਬੀਜੇ ਆ ਜਿਹੜੇ ਉਹ ਲੈਣ ਆ ਗਈ ਆ, ਹੈ ਕਿੱਦਾਂ ਮਗਰ ਲਾਈ ਆ, ਜਿਹੜੀਆਂ ਸਾਂਝ ਪਿਆਜ਼ੀਆਂ ਪਾਈਆਂ ਘਰ ਵਾੜ ਲੈਣੀ ਆ। ਚਲੋ ਕੋਈ ਗੱਲ ਨੀ ਮੰਮੀ ਜੀ, ਮੈਂ ਕਹਿ ਦਿੰਦੀ ਆ ਵੀ ਹੈ ਨੀ ਹੈਗੇ ਪਿਆਜ਼। ਦੀਦੀ ਉਹ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ, ਪਿਆਜ਼ ਤੇ ਸਾਡੇ ਵੀ ਖਤਮ ਹੋਏ ਆ, ਨਹੀਂ ਤਾਂ ਮੈਂ ਤੁਹਾਨੂੰ ਦੇ ਹੀ ਦੇਣੇ ਸੀ।
ਚੱਲ ਕੋਈ ਗੱਲ ਨੀ ਦੀਦੀ, ਮੈਂ ਜਲਦੀ ਆ ਫਿਰ ਘਰ। ਚਲੋ ਠੀਕ। ਮੈਂ ਰੋਟੀ ਖਾਣੀ ਆ, ਤੈਨੂੰ ਪਤਾ ਦੁਪਹਿਰ ਦੀ ਮੈਂ ਰੋਟੀ ਖਾਧੀ, ਦਵਾਈ ਦੁਈ ਖਾਣੀ ਆ। ਉੱਠ, ਅੱਧੀ ਰਾਤ ਨੂੰ ਰੋਟੀ ਖਾਣੀ ਆ ਅਸੀਂ, ਤੂੰ 12 ਵਜੇ ਬਣਾਉਣੀ ਆ ਰੋਟੀ। ਮੇਰੇ ਕੋ ਨੀ ਸਿਆਪੇ ਹੁੰਦੇ, ਉੱਠ ਕੇ ਤੇ ਰੋਟੀ ਪਾਣੀ ਬਣਾ। ਪਤਾ ਨੀ ਕਿੱਦਾਂ ਦੇ ਮੇਰੇ ਸਹੁਰੇ ਨੇ, ਬੰਦਾ ਮਾੜਾ ਜਿਹਾ ਬਿਮਾਰ ਸ਼ਮਾਰ ਹੋਵੇ ਕਿਤੇ ਪਿੱਛੇ ਹੀ ਪੈ ਜਾਂਦੇ ਨੇ ਵੀ ਉੱਠ ਕੇ ਫਟਾਫਟ ਕੰਮ ਕਰ ਕੰਮ ਕਰ, ਕਿਤੇ ਇਹ ਵੀ ਨਹੀਂ ਵਹਿੰਦੇ ਵੀ ਅਗਲਾ ਬੰਦਾ ਬਿਮਾਰ ਆ। ਚੱਲ ਮਨਾ, ਕੰਮ ਤਾਂ ਕਰਨਾ ਹੀ ਪੈਣਾ, ਜਿੱਦਾਂ ਮਰਜ਼ੀ ਕਰ। ਹਾਏ, ਮੈਨੂੰ ਇੱਕਦਮ ਪਤਾ ਨਹੀਂ ਕੀ ਹੋ ਗਿਆ ਈ। ਸਿੰਮੀ, ਮੈਨੂੰ ਪਾਣੀ ਲਿਆ ਦੇ, ਮੈਨੂੰ ਡਾਕਟਰ ਕੋਲ ਲੈ ਜਾਓ। ਪਤਾ ਨਹੀਂ ਕੀ ਹੋ ਗਿਆ ਈ ਮੈਨੂੰ। ਹਾਏ ਹਾਏ, ਪਤਾ ਨਹੀਂ ਬੀਪੀ ਘੱਟ ਗਿਆ ਕਿ ਵੱਧ ਗਿਆ, ਪਤਾ ਨਹੀਂ ਮੈਨੂੰ ਹੁਣ ਕੀ ਹੋ ਗਿਆ ਈ ਇਕਦਮ। ਮੈਨੂੰ ਲੈ ਜਾਓ ਸਿੰਮੀ ਕਿਤੇ। ਸਿੰਮੀ, ਮੈਨੂੰ ਪਾਣੀ ਦਾ ਗਲਾਸ ਦੇ। ਪਤਾ ਨਹੀਂ ਕੀ ਹੋਈ ਜਾਂਦਾ ਈ, ਮੇਰੇ ਪੇਟ ਚ ਪੀੜ ਹੋਈ ਜਾਂਦੀ ਆ। ਚਲੋ ਕੋਈ ਨੀ ਮੰਮੀ, ਤੁਸੀਂ ਲੰਮੇ ਪੋ, ਮੈਂ ਵੇਖਦੀ ਆ ਕੁਛ ਪਾਣੀ ਲਿਆਉਣੀ, ਨਾਲੇ ਦੀਦੀ ਨੂੰ ਆਵਾਜ਼ ਮਾਰਦੀ ਆ। ਲੰਮੇ ਪੈ ਜਾਓ ਤੁਸੀਂ। ਪਤਾ ਨੀ ਮੈਨੂੰ ਕੀ ਹੋਇਆ ਈ, ਪਤਾ ਨੀ ਘੱਟ ਗਿਆ ਕਿ ਵੱਧ ਗਿਆ ਈ। ਮੈਨੂੰ ਕੋਈ ਡਾਕਟਰ ਦੇ ਲੈ ਜਾਓ। ਹੁਣ ਤੇ ਇਹਨਾਂ ਦੇ ਭਾਜੀ ਵੀ ਨੀ ਘਰ ਹੈਗੇ, ਤੇ ਖੜਨਾ ਕਿੰਨੇ ਆ, ਤੇ ਮੈਂ ਇੱਦਾਂ ਕਰਨੀ ਘਰ ਕੋ ਗੋਲੀ ਵੇਨੀ, ਜੇ ਕੋਈ ਗੋਲੀ ਗਾਲੀ ਹੈਗੀ ਤਾਂ ਮੈਂ ਲਿਆ ਦਿੰਦੀ। ਜੇ ਲਿਆ ਦੇ ਲੰਮੇ ਪਾਓ ਦੀਦੀ, ਇਹਨੂੰ ਉਹਨੂੰ ਉਹਨਾਂ ਤੱਕ। ਕੋਈ ਨੀ, ਤੁਸੀਂ ਲਿਆ ਦੋ ਦੀਦੀ। ਆਹੋ ਪਾ ਦੋ ਲੰਮੇ। ਚਾਚੀ ਜੀ ਉੱਠੋ, ਆ ਲਓ ਗੋਲੀ ਖਾ ਲਓ, ਸ਼ਾਇਦ ਇਹਦੇ ਨੇ ਫਰਕ ਪੈ ਜੇ। ਲੰਮੇ
ਸਿੰਮੀ ਫਰਕ ਆ ਹੁਣ ਅੱਗੇ ਨਾਲੋਂ? ਹਾਂ ਅੱਗੇ ਨਾਲੋਂ ਫਰਕ ਆ। ਸਿੰਮੀ ਮੇਰਾ ਕਿਹੋ ਜਿਹਾ ਸੁਭਾਅ ਆ, ਜਦੋਂ ਤੇਰਾ ਸਿਰ ਦੁਖਦਾ ਸੀ ਤੇ ਤੈਨੂੰ ਮੈਂ ਪਰੇਸ਼ਾਨੀ ਦਿੱਤੀ ਵੀ ਉੱਠ ਕੇ ਤੇ ਕੰਮ ਕਰ। ਪਤਾ ਵੀ ਮੇਰੇ ਨਾਲ ਵੀ ਏਦਾਂ ਹੋ ਸਕਦੀ ਆ। ਅੱਜ ਤੁਹਾਨੂੰ ਪਤਾ ਲੱਗਾ ਨਾ, ਲੋੜ ਪੈਣ ਤੇ ਨਾ ਗਲੀ ਦੇ ਕੱਖ ਵੀ ਕੰਮ ਆਉਂਦੇ ਨੇ, ਤੁਸੀਂ ਤੇ ਸਾਨੂੰ ਕਿੰਨਾ ਮਾੜਾ ਚੰਗਾ ਬੋਲਦੇ ਰਹੇ ਸੀ। ਹੋ ਗਈ, ਅੱਜ ਤੁਸੀਂ ਮੈਨੂੰ ਦੋਨੇ ਜਣੀਆਂ ਮਾਫ ਕਰ ਦਿਓ, ਮੈਂ ਮੁੜ ਕੇ ਮਾੜਾ ਚੰਗਾ ਤੁਹਾਨੂੰ ਨਹੀਂ ਬੋਲਦੀ। ਚਲੋ ਠੀਕ ਆ ਮੰਮੀ ਜੀ, ਕੋਈ ਗੱਲ ਨਹੀਂ, ਅਸੀਂ ਕਿਹੜਾ ਗੁੱਸਾ ਕਰਦੇ ਹੁੰਦੇ ਤੁਹਾਡੀ ਗੱਲ ਦਾ।